ਆਪਾਂ ਨੂੰ ਸਰੀਰ ਬਣਾਉਣ ਦਾ ਸ਼ੌਂਕ ਆ ਕੱਲਾ ਕੱਲਾ ਬੋਡੀ ਬਿਲਡਰ ਆ ਗੱਲ ਕਹਿੰਦਾ ਕਿ ਸਭ ਤੋਂ ਵੱਡਾ ਮਸਲ ਤੁਹਾਡਾ ਬ੍ਰੇਨ ਆ ਨਹੀਂ ਸਰੀਰ ਤਾਂ ਬਣਾਇਆ ਹੋਇਆ 15 ਵੀ ਦਿਨਾਂ ਵਿੱਚ ਖਰਾਬ ਹੋ ਜਾਂਦਾ ਧਿਆਨ ਨਹੀਂ ਰੱਖ ਪਾਉਂਦੇ ਡਿਸਪਲਿਨ ਨਹੀਂ ਰੱਖ ਪਾਉਂਦੇ ਕਿਉਂਕਿ ਇਹ ਬਾਡੀ ਨੂੰ ਕੰਟਰੋਲ ਕਰਦਾ ਪਰ ਇਹ ਗੱਲ ਧਿਆਨ ਨਾਲ ਸੁਣਿਓ ਬਾਡੀ ਨਾਲ ਆਪਾਂ ਬ੍ਰੇਨ ਕੰਟਰੋਲ ਕਰ ਸਕਦੇ ਆ ਕਿੱਥੋਂ ਢਿੱਡ ਦੇ ਵਿੱਚ ਚੰਗੀਆਂ ਚੀਜ਼ਾਂ ਪਾ ਕੇ ਜਿਹੜਾ ਬ੍ਰੇਨ ਆ ਇਹਦੇ ਵਿੱਚ ਨਿਊਟ੍ਰੀਐਂਟ ਜਾਣੋ ਹੀ ਹਟ ਜਾਂਦੇ ਨੇ ਕਚਰਾ ਹੀ ਹੋ ਜਾਂਦਾ ਉਹਨੂੰ ਕਹਿੰਦੇ ਨੇ ਕਿ ਬਲੱਡ ਬ੍ਰੇਨ ਬੈਰੀਅਰ ਇਹ ਕ੍ਰੋਸ ਨਹੀਂ ਕਰ ਪਾਉਂਦੇ ਨਿਊਟ੍ਰੀਐਂਟ ਬਾਕੀ ਸਾਰੇ ਸਰੀਰ ਦੇ ਅੰਗਾਂ ਵਿੱਚ ਛੇਤੀ ਨਿਊਟ੍ਰੀਐਂਟ ਚੱਲੀ ਜਾਂਦੀ ਹੈ ਜੇ ਇਹਦੇ ਵਿੱਚ ਗੰਦੀ ਡਾਈਟ ਨਾ ਜਾਣੋ ਹਟ ਗਈ ਨਾ ਫਿਰ ਉਹ ਬੈਰੀਅਰ ਕ੍ਰੋਸ ਨਹੀਂ ਹੁੰਦਾ ਜਿਆਦਾ ਸ਼ੂਗਰ ਖਾਈ ਜੇ ਨੇ ਇਨਸੂਲਿਨ ਰੈਜਿਸਟੈਂਸ ਹੋ ਜਾਂਦੇ ਆ ਫਿਰ ਜਿਹੜਾ ਬ੍ਰੇਨ ਆ ਉਦੇ ਤੱਕ ਨਿਊਟ੍ਰੀਐਂਟ ਨਹੀਂ ਪਹੁੰਚਦੇ ਉਹ ਰੀਸੈਪਟਰ ਕੰਮ ਨਹੀਂ ਕਰਦੇ ਬ੍ਰੇਨ ਜਿਆਦਾ ਗਲੂਕੋਜ਼ ਯੂਜ਼ ਕਰਦਾ ਤੁਹਾਨੂੰ ਪਤਾ ਫੈਟ ਯੂਜ਼ ਕਰਦਾ ਉਹ ਤਾਤੇ ਨਹੀਂ ਪਹੁੰਚਦੇ ਉਦੇ ਤੱਕ ਬਾਕੀ ਉਦਾਂ ਵੀ ਜੇ ਢਿੱਡ ਖਰਾਬ ਆ ਗੱਟ ਗੱਟਾ ਦਾ ਬ੍ਰੇਨ ਨਾਲ ਕਨੈਕਸ਼ਨ ਆ ਜਾਇਦਾ ਕੁਛ ਇੱਥੇ ਆ ਉਹ ਜੀ ਕੁਛ ਇੱਥੇ ਆ ਕੋਈ ਪ੍ਰੋਸੈਸ ਫੂਡ ਨਾ ਖਾਓ ਵਧੀਆ ਫੂਡ ਖਾਓ ਐਕਸਰਸਾਈਜ਼ ਕਰੋ ਉਹਦੇ ਨਾਲ ਬੀ ਡੀ ਐਨ ਐਫ ਆਪ ਜਾਂਦੇ ਨੇ ਬ੍ਰੇਨ ਡਰਾਈਵ ਨਿਊਰੋਟ੍ਰੋਫਿਕ ਫੈਕਟਰ ਨਿਊ ਬ੍ਰੇਨ ਸੈੱਲ ਹੋਰ ਵੀ ਜਦੋਂ ਤੁਹਾਨੂੰ ਸਾਹ ਚੜਦਾ ਤੁਸੀਂ ਲੰਬਾ ਸਾਹ ਖਿੱਚਦੇ ਹੋ ਤੁਹਾਡੇ ਜਿਆਦਾ ਬ੍ਰੇਨ ਤੱਕ ਆਕਸੀਜਨ ਬੱਡ ਫੀਲ ਹੁੰਦਾ ਸਪੈਸ਼ਲ ਕਾਰਡ ਦੀ ਐਕਸਰਸਾਈਜ਼ਾਂ ਜਿਆਦਾ ਕੁਦਰਤ ਨਾਲ ਜੁੜੋ ਜਿਵੇਂ ਸਨਲਾਈਟ ਸੂਰਜ ਦੇਖਣਾ ਚੜ੍ਹਦਾ ਤੇ ਛਪਦਾ ਵੈਸੇ ਵੀ ਗਰੀਨਰੀ ਚੋਂ ਤੁਹਾਨੂੰ ਹੋਰ ਆਕਸੀਜਨ ਆਉਂਦੀ ਆ ਮਤਲਬ ਇਹ ਚੀਜ਼ਾਂ ਨਾਲ ਤੁਹਾਡੇ ਬ੍ਰੇਨ ਨੂੰ ਪਾਵਰ ਮਿਲਦੀ ਆ ਤੁਹਾਡੇ ਹੈਪੀ ਹਾਰਮੋਨ ਆਪ ਜਾਣਗੇ ਮੋਟੀਵੇਟ ਕਰਨਗੇ ਤੁਹਾਨੂੰ ਸਾਰਾ ਥੱਲੇੋਂ ਸਰੀਰ ਵਧੀਆ ਹੋ ਗਿਆ ਬ੍ਰੇਨ ਆਪੇ ਵਧੀਆ ਜਦੋਂ ਬ੍ਰੇਨ ਆਪੇ ਵਧੀਆ ਫਿਰ ਇਹਨੇ ਮੁੜ ਕੇ ਕਦੇ ਸਰੀਰ ਨਹੀਂ ਖਰਾਬ ਹੋਣ ਦੇਣਾ ਕਿਉਂਕਿ ਫਿਰ ਇਹ ਬਹੁਤ ਕਲੀਅਰ ਸੋਚੂਗਾ